नमस्कार दोस्तों, मैं निधि चुगला के हाजिर हाँ 24 जून 2019 दिन सोमवार का राशिफल। पर राशिफल शुरू करन तो पहला एक सूचना उन्हां वास्ते जिहड़े कि विदेश जाना चाहुंदे ने, बाहर जाण दे चाहवान ने, पर उन्हां नूं इस गल दा डर लगा रहिंदा कि किते उन्हां दी फाइल ते रिफ्यूजल दा ठप्पा ना लग जाए, या फिर ऑलरेडी तुसीं इस गल तों परेशान हैगे हो कि तुहाडी फाइल ते रिफ्यूजल दा ठप्पा लग चुका है ते तुसीं दुबारा फाइल लैण तों डर रहे हो। साडे कोल तुहाडी इस समस्या दा हल हैगा, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਅੰਤ ਤੱਕ ਵੇਖਣਾ ਨਾ ਭੁੱਲਣਾ। ਫਿਲਹਾਲ ਸ਼ੁਰੂਆਤ ਕਰਦੇ ਹਾਂ ਅੱਜ ਦੀ 12 ਰਾਸ਼ੀਆਂ ਦੇ ਰਾਸ਼ੀਫਲ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਰੀਜ਼ ਯਾਨੀ ਮੇਸ਼ ਰਾਸ਼ੀ ਦੀ। You will experience an unpleasant dispute or conflict with a woman today, jis naal tusi mansik ate bhavnatmak taur te bojhal mehsoos karoge. Je tusi mushkil samjhote di cost te vi is sthiti ton bach sakde ho, ta eh tuhade layi sab ton vadhiya samajh wala hal hovega. You can expect a variety of surprises jo tuhade dostan ja nede ate dur de janan walian ton tuhanu milange. ਤੁਹਾਡੇ ਆਲੇ ਦੁਆਲੇ ਦੇ ਸੰਸਾਰ ਬਾਰੇ ਨਵੇਂ ਗਿਆਨ ਨੂੰ ਲੱਭਣ ਦਾ ਕੋਈ ਅਨਐਕਸਪੈਕਟਿਡ ਕਾਰਨ ਵੀ ਅੱਜ ਬਣੇਗਾ। ਤੇ ਹੁਣ ਗੱਲ ਕਰਦੇ ਹਾਂ ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਦੀ। ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਤੁਹਾਨੂੰ ਟੈਸਟਿੰਗ ਪੋਜੀਸ਼ਨ 'ਚ ਪਾ ਸਕਦੇ ਨੇ। ਤੁਸੀਂ ਇਹਨਾਂ ਰਿਸ਼ਤੇਦਾਰਾਂ ਨਾਲ ਵਿਗਾੜ ਵੀ ਸਕਦੇ ਹੋ ਜਾਂ ਬਹੁਤ ਤਿੱਖੇ ਵੀ ਹੋ ਸਕਦੇ ਹੋ। ਅੱਜ ਕੋਈ ਨਵਾਂ ਪ੍ਰੋਫੈਸ਼ਨਲ ਕੰਟੈਕਟ, ਵਧੇਰੇ ਪ੍ਰੋਸਪੈਕਟਿਵ ਵਰਕ ਜਾਂ ਕਾਰੋਬਾਰ ਲਈ ਨਵਾਂ ਮੌਕਾ ਖੁੱਲ੍ਹੇਗਾ। ਅੱਜ ਤੁਹਾਨੂੰ ਕਿਸੇ ਔਰਤ ਦੀ ਜ਼ਿੰਦਗੀ ਦੀ ਘਟਨਾ ਬਾਰੇ ਕੁਝ ਬੁਰੀ ਖਬਰ ਵੀ ਮਿਲ ਸਕਦੀ। ਹੁਣ ਗੱਲ ਕਰਦੇ ਹਾਂ ਜੈਮੇਨਾਈ ਰਾਸ਼ੀ ਦੀ। You are going to separate from a family member or a friend today. ਇਸ ਦੇ ਕਾਰਨ ਵੱਖ-ਵੱਖ ਹਾਲਾਤਾਂ ਜਾਂ ਜ਼ਿੰਦਗੀ ਦੇ ਕਾਰਨਾਂ ਨਾਲ ਸੰਬੰਧਿਤ ਹੋਣਗੇ। ਅੱਜ ਆਪਣੇ ਘਰ ਵਿੱਚ ਗੈਦਰਿੰਗ ਅਵੋਇਡ ਕਰੋ, ਇਫ ਨੈਸੈਸਰੀ ਘਰ ਦੇ ਬਾਹਰ ਕਿਤੇ ਗੈਦਰਿੰਗ ਕਰ ਲਓ, ਬਟ ਨਾਟ ਐਟ ਹੋਮ। ਅੱਜ ਤੁਹਾਡੀਆਂ ਉਮੀਦਾਂ ਮੁਤਾਬਕ ਬਹੁਤ ਘੱਟ ਯੋਜਨਾਵਾਂ ਸਿਰੇ ਚੜਨਗੀਆਂ। ਵਮੈਨ, ਅੱਜ ਗ੍ਰੈਂਡ ਚਾਈਲਡ ਨਾਲ ਰਿਲੇਟਿਡ ਕੋਈ ਕੰਪਲੈਕਸ ਸਿਚੁਏਸ਼ਨ ਨੂੰ ਕਿਸੇ ਪ੍ਰੈਕਟੀਕਲ ਹੱਲ ਨਾਲ ਲੱਭਣ ਦੀ ਕੋਸ਼ਿਸ਼ ਕਰਨਗੀਆਂ। ਤੇ ਹੁਣ ਗੱਲ ਕਰਕ ਯਾਨੀ ਕੈਂਸਰ ਰਾਸ਼ੀ ਦੀ। ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੀ ਸਹਾਇਤਾ ਲਈ ਅੱਜ ਤੁਹਾਡੇ ਕਈ ਫੈਮਿਲੀ ਕਮਿਟਮੈਂਟਸ ਹੋਣਗੇ। ਆਪਣੇ ਬੱਚਿਆਂ ਨੂੰ ਖੇਡਣ ਜਾਂ ਉਹਨਾਂ ਤਕਨੀਕਾਂ ਜਾਂ ਸਮਾਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਜੋ ਉਹਨਾਂ ਦੀ ਉਮਰ ਲਈ ਢੁਕਵੇਂ ਨਹੀਂ ਨੇ। ਇਨ ਯੋਰ ਲਵ ਲਾਈਫ ਡੂ ਨਾਟ ਫੋਰਸ ਈਵੈਂਟਸ। ਜੇ ਉਹ ਤੁਹਾਡੇ ਲਈ ਬੈਸਟ ਨੇ ਤਾਂ ਕੁਦਰਤੀ ਤੌਰ 'ਤੇ ਸਭ ਚੱਲਣ ਦਿਓ ਐਂਡ ਇੰਜੋਏ ਵਟ ਯੂ ਹੈਵ ਐਟ ਦ ਮੋਮੈਂਟ। ਤੇ ਹੁਣ ਗੱਲ ਕਰਦੇ ਹਾਂ ਸਿੰਘ ਯਾਨੀ ਲੀਓ ਰਾਸ਼ੀ ਦੀ। ਅੱਜ ਬੱਚਿਆਂ ਦੇ ਕੰਮਾਂ ਅਤੇ ਫੈਸਲਿਆਂ 'ਤੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਪਏਗੀ। ਯੂ ਵਿਲ ਐਕਸਪੈਕਟ ਸਮਵਨ ਟੂ ਅਰਾਈਵ ਫਰੋਮ ਅਨਦਰ ਟਾਊਨ ਔਰ ਵਿਲੇਜ, ਜਾਂ ਫਿਰ ਤੁਹਾਡੇ ਪਰਿਵਾਰ ਵਿੱਚੋਂ ਅੱਜ ਕੋਈ ਦੂਰ ਚਲੇ ਜਾਏਗਾ। ਔਰਤਾਂ ਆਪਣੇ ਘਰ ਜਾਂ ਆਪਣੇ ਲਵਡ ਵਨਸ ਲਈ ਵਧੀਆ ਚੀਜ਼ਾਂ ਤਿਆਰ ਕਰਨਗੀਆਂ ਜੋ ਉਹਨਾਂ ਨੂੰ ਸਕਾਰਾਤਮਕ ਭਾਵਨਾਵਾਂ ਅਤੇ ਸੰਤੁਸ਼ਟੀ ਨਾਲ ਭਰ ਸਕਦੀਆਂ ਨੇ। ਹੁਣ ਗੱਲ ਕਰਦੇ ਹਾਂ ਵਰਗੋ ਯਾਨੀ ਕੰਨਿਆ ਰਾਸ਼ੀ। ਅੱਜ ਦਾ ਦਿਨ ਤੁਹਾਡੇ ਲਈ ਤਣਾਅ ਭਰਿਆ ਰਹੇਗਾ। ਇਨ ਯੋਰ ਵਰਕ ਯੂ ਵਿਲ ਹੈਵ ਅ ਸਕਸੈਸਫੁਲ ਕੰਕਲੂਜਨ ਆਫ ਐਨ ਐਕਟੀਵਿਟੀ, ਐਗਰੀਮੈਂਟ ਔਰ ਪ੍ਰੋਜੈਕਟ। ਪੋਸਟਪੋਨ ਜਾਂ ਬੰਦ ਕੀਤੇ ਜਾ ਚੁੱਕੇ ਕੰਮਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਵੀ ਯੋਗ ਬਣ ਰਹੇ ਨੇ। ਯੂਅਰ ਲਵ ਲਾਈਫ ਵਿਲ ਬੀ ਰਿਲੇਟਿਡ ਟੂ ਸਰਟਨ ਐਕਸਪੈਕਟੇਸ਼ਨਸ ਫੋਰ ਮੀਟਿੰਗਸ, ਟ੍ਰਿਪਸ ਔਰ ਗੈਦਰਿੰਗਸ। ਵਰਗੋ ਮੈਨ ਅੱਜ ਆਪਣੀ ਜਾਂ ਕਿਸੇ ਨਜ਼ਦੀਕੀ ਵਿਅਕਤੀ ਦੀ ਸਿਹਤ ਦੀ ਦੇਖਭਾਲ ਕਰ ਸਕਦੇ ਨੇ। ਤੇ ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਦੀ। ਟੂਡੇ ਯੂ ਵਿਲ ਹੈਵ ਟੂ ਐਕਟ ਪ੍ਰੈਕਟੀਕਲੀ ਇਨ ਫੁਲਫਿਲਿੰਗ ਯੂਅਰ ਇੰਪੋਰਟੈਂਟ ਕਮਿਟਮੈਂਟਸ। ਆਪਣੇ ਵਾਅਦੇ ਜਾਂ ਅਸਪਸ਼ਟ ਜਾਣਕਾਰੀ ਦੇ ਆਧਾਰ 'ਤੇ ਯੋਜਨਾਵਾਂ ਬਣਾਉਣ ਤੋਂ ਪਰਹੇਜ਼ ਕਰੋ। ਅੱਜ ਤੁਸੀਂ ਉਹ ਸੁਝਾਅ ਜਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਲੰਬੇ ਸਮੇਂ ਤੋਂ ਤੁਸੀਂ ਉਡੀਕ ਕਰ ਰਹੇ ਸੀ। ਲਿਬਰਾ ਮੈਨ ਮਸਟ ਅਵੋਇਡ ਐਨੀ ਰਿਸਕੀ ਐਕਸ਼ਨ, ਐਕਸਟ੍ਰੀਮ ਸਪੋਰਟਸ ਔਰ ਐਕਟੀਵਿਟੀਜ਼। ਹੁਣ ਗੱਲ ਕਰਦੇ ਹਾਂ ਸਕੋਰਪੀਓ ਯਾਨੀ ਵ੍ਰਿਸ਼ਚਕ ਰਾਸ਼ੀ ਦੀ। ਅੱਜ ਤੁਸੀਂ ਆਪਣੀ ਪ੍ਰੋਫੈਸ਼ਨਲ ਇੰਗੇਜਮੈਂਟ ਜਾਂ ਬਿਜ਼ਨਸ ਡੀਲ ਨੂੰ ਡਿਵੈਲਪ ਕਰੋਗੇ। ਜੇ ਤੁਸੀਂ ਵਿਦਿਆਰਥੀ ਹੋ ਤਾਂ ਅੱਜ ਦਾ ਦਿਨ ਤੁਹਾਡੀ ਸਿੱਖਿਆ ਤੇ ਕਰੀਅਰ ਲਈ ਲਾਭਕਾਰੀ ਹੋਏਗਾ। ਤੁਹਾਡੇ ਕੋਲ ਗੁਆਂਢੀਆਂ ਜਾਂ ਸਹਿਯੋਗੀਆਂ ਨਾਲ ਕੰਪਲੀਕੇਟਡ ਰਿਲੇਸ਼ਨਸ ਨੂੰ ਸੁਲਝਾਉਣ ਦਾ ਮੌਕਾ ਹੋਏਗਾ। ਅੱਜ ਸਕੋਰਪੀਅਨ ਵੂਮੈਨਸ ਆਸ਼ਾਵਾਦੀ ਰਹਿਣਗੀਆਂ। ਮੈਨ ਵਿਲ ਐਕਸਪੀਰੀਅੰਸ ਅ ਸਟਾਰਟ ਆਫ ਵੀਕ ਬ੍ਰਿੰਗਿੰਗ ਮੇਜਰ ਇਵੈਂਟਸ ਐਂਡ ਚੇਂਜਸ। ਤੇ ਹੁਣ ਗੱਲ ਕਰਦੇ ਹਾਂ ਸੈਗੀਟੇਰੀਅਸ ਯਾਨੀ ਧਨੂ ਰਾਸ਼ੀ ਦੀ। ਯੂ ਵਿਲ ਪੇ ਫੋਰ ਯੋਰ ਓਨ ਐਕਸ਼ਨਸ ਐਂਡ ਵਰਡਸ। ਚਾਲਾਂ, ਸਾਜ਼ਿਸ਼ਾਂ ਜਾਂ ਫਿਰ ਹੇਰਾਫੇਰੀ ਦੇ ਕਿਸੇ ਵੀ ਰੂਪ ਤੋਂ ਬਚੋ।
ਤੁਹਾਡੇ ਪਰਿਵਾਰ ਜਾਂ ਨੇੜੇ ਅਤੇ ਦੂਰ ਦੇ ਰਿਸ਼ਤੇਦਾਰਾਂ ਤੋਂ ਤੁਹਾਨੂੰ ਬਹੁਤ ਚੰਗੀਆਂ ਭਾਵਨਾਵਾਂ ਮਹਿਸੂਸ ਹੋਣਗੀਆਂ। ਨਵੀਂ ਪੋਜੀਸ਼ਨ, ਨਵੀਂ ਜੌਬ ਜਾਂ ਨਵੇਂ ਪ੍ਰੋਫੈਸ਼ਨਲ ਇੰਗੇਜਮੈਂਟ ਨਾਲ ਸੰਬੰਧਿਤ ਪ੍ਰੈਜੈਂਟੇਸ਼ਨ, ਗੱਲਬਾਤ ਜਾਂ ਮੀਟਿੰਗ ਅੱਜ ਪੋਸੀਬਲ ਹੈ। ਤੇ ਹੁਣ ਗੱਲ ਮਕਰ ਯਾਨੀ ਕੈਪਰੀਕੋਨ ਰਾਸ਼ੀ ਦੀ। ਪ੍ਰੋਫੈਸ਼ਨਲ ਲੈਵਲ ਤੇ ਯੂ ਮੇ ਗੈਟ ਸਕਸੈਸ ਫਰੋਮ ਦ ਡਿਵੈਲਪਮੈਂਟ ਆਫ ਆਨਲਾਈਨ ਬਿਜ਼ਨਸ, ਬਿਜ਼ਨਸ ਫਰੋਮ ਹੋਮ ਔਰ ਫੈਮਿਲੀ ਬਿਜ਼ਨਸ। ਜੇ ਤੁਹਾਡਾ ਕੰਮ ਪੈਸੇ ਨਾਲ ਜੁੜਿਆ ਹੈ ਤਾਂ ਪ੍ਰੋਫੈਸ਼ਨਲ ਡਿਊਟੀਜ਼ ਨਿਭਾਉਣ ਵਿੱਚ ਕਿਸੇ ਵੀ ਗਲਤੀ ਨੂੰ ਅਵੋਇਡ ਕਰਨ ਤੇ ਫੋਕਸ ਕਰੋ। ਯੂ ਮੇ ਇਨਕਾਊਂਟਰ ਔਰ ਹੈਵ ਕੰਟੈਕਟ ਵਿਦ ਯੂਰ ਓਲਡ ਰੋਮਾਂਟਿਕ ਰਿਲੇਸ਼ਨਸ਼ਿਪ, ਜਾਂ ਕਿਸੇ ਅਣਜਾਣ ਤਰੀਕੇ ਨਾਲ ਇੱਕ ਨਵੀਂ ਪਛਾਣ ਵੀ ਬਣ ਸਕਦੀ ਹੈ। ਤੇ ਹੁਣ ਗੱਲ ਕਰਦੇ ਹਾਂ ਐਕੁਏਰੀਅਸ ਯਾਨੀ ਕੁੰਭ ਰਾਸ਼ੀ ਦੀ। You will have serious engagements or conversations related to a person in your family. Tuhade kol ghar vich te tuhade kam wali thaan te vadhere kam hoega. So be well organized. Regarding your love life, tuhanu dynamic, positive par kai vaar tanaapurn ghatnaavan layi anukool hona pahega. Te hun gal karde haan Pisces yani Meen Rashi di. You have meetings, conversations or decisions that will be important to your monetary affairs. ਕਿਸੇ ਲੀਗਲ ਜਾਂ ਜੁਡੀਸ਼ੀਅਲ ਕੇਸ ਜਿਸ ਵਿੱਚ ਕਿ ਪੈਸਾ ਜਾਂ ਡਾਕੂਮੈਂਟਸ ਇਨਵੋਲਵ ਨੇ, ਉਸ ਨੂੰ ਰਿਜ਼ੋਲਵ ਕਰਨ ਵੱਲ ਕਦਮ ਵੱਧ ਸਕਦੇ ਨੇ। ਤੁਹਾਡੀ ਕਿਸੇ ਔਰਤ ਦੇ ਨਾਲ ਜੋ ਕਿ ਤੁਹਾਡੇ ਸੋਸ਼ਲ ਸਰਕਲ ਵਿੱਚ ਮੌਜੂਦ ਹੈ ਜਾਂ ਕਲੀਗ ਹੈ ਜਾਂ ਫਰੈਂਡ ਹੈ, ਉਸ ਨਾਲ ਕੋਈ ਇੰਟਰਸਟਿੰਗ ਜਾਂ ਯੂਜ਼ਫੁਲ ਮੀਟਿੰਗ ਵੀ ਹੋ ਸਕਦੀ ਹੈ। ਇਹ ਸੀ ਅੱਜ ਦਾ 12 ਰਾਸ਼ੀਆਂ ਦਾ ਰਾਸ਼ੀਫਲ। ਪਰ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤੇ ਹਰ ਮੁਮਕਿਨ ਕੋਸ਼ਿਸ਼ ਦੇ ਬਾਵਜੂਦ ਵੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ, ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਗਲਤ ਦਿਨ ਜਾਂ ਗਲਤ ਘੜੀ ਵਿੱਚ ਆਪਣੀ ਫਾਈਲ ਲਗਾ ਰਹੇ ਹੋ। ਤੁਹਾਡੇ ਗ੍ਰਹਾਂ ਦੀ ਚਾਲ ਤੁਹਾਡੇ ਭਵਿੱਖ ਨੂੰ ਵਿਗਾੜ ਵੀ ਸਕਦੀ ਹੈ ਜਾਂ ਫਿਰ ਸੁਧਾਰ ਵੀ ਸਕਦੀ ਹੈ। ਇਸ ਲਈ ਰਿਫਿਊਜ਼ਲ ਕੇਸਿਸ ਹੋਣ ਜਾਂ ਫਿਰ ਨਵੇਂ ਕੇਸਿਸ ਹੋਣ, ਆਪਣੀ ਵੀਜ਼ਾ ਰਿਕੁਆਇਰਮੈਂਟਸ ਦੇ ਨਾਲ ਨਾਲ ਆਪਣੀ ਕੁੰਡਲੀ ਦੀ ਗ੍ਰਹਿ ਦਸ਼ਾ ਨੂੰ ਵੇਖਦੇ ਹੋਏ ਹੀ ਫਾਈਲ ਲਗਾਓ। ਇਸ ਸੰਬੰਧੀ ਤੁਸੀਂ ਸਾਨੂੰ ਹੇਠਾਂ ਲਿਖੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇਸ ਸੰਬੰਧੀ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਹਾਡੀ ਹਰ ਵੀਜ਼ਾ ਰਿਕੁਆਇਰਮੈਂਟ ਨੂੰ ਇੱਥੇ ਪ੍ਰੋਪਰ ਤਰੀਕੇ ਨਾਲ ਹੈਂਡਲ ਕੀਤਾ ਜਾਏਗਾ। ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗਿਆ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਫਿਲਹਾਲ ਸਾਨੂੰ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਕੱਲ੍ਹ ਦਾ ਰਾਸ਼ੀਫਲ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ।